ਸਾਡੇ ਮਾਤਾ ਰਾਣੀ ਦੇ ਭਗਤ ਅੰਕਲ ਜਿਦਰੀ ਜੀ ਵੈਲਕਮ। ਬਹੁਤ ਬਹੁਤ ਸਾਰੇ ਸੰਗਤ ਨੂੰ ਜਾਗਰਤ ਦੀਆਂ ਇਸ ਮਾਤਾ ਦੀ ਚੌਕੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਜੀ। ਚਲੋ ਜੀ ਮਾਂ ਦੇ ਚਰਨਾਂ ਨੂੰ ਜਿਹਨੇ ਹੱਥ ਲਾਉਣਾ ਹੈ ਤੇ ਪਹਿਲਾਂ ਆਪਣੇ ਮਨ ਨੂੰ ਕਿਹੋ ਜਿਹਾ ਕਰਨਾ ਜਰਾ ਧਿਆਨ ਦੇਣਾ। ਬਗਦੇ ਹੋਏ ਪਾਣੀ ਵੱਲ ਵੇਖ ਕੇ ਖਿਆਲ ਆਵੇ ਜਿਸ ਵੇਲੇ ਪਾਣੀ ਵਗਦਾ ਹੈ ਆਪਣੀ ਨਿਰੰਤਰ ਗਤੀ ਦੇ ਵਿੱਚ ਇੱਕ ਸਾਰ ਵਗਦਾ ਹੈ। ਬਗਦੇ ਹੋਏ ਪਾਣੀ ਵੱਲ ਵੇਖ ਕੇ ਖਿਆਲ ਆਵੇ ਕਿਤੇ ਮੇਰਾ ਮਨ ਸਿੱਖੇ ਦੇ ਵਾਂਗ ਨੀ ਮਾਰੇ ਕਾਲਕਾ ਨੂੰ ਧੋਈ ਜਾ ਮਾਸੀ ਨੇ ਠੰਡ ਪਾਈ ਜਾ ਤੇ ਮੈਂ ਵੱਖ ਵੱਖ ਰੂਪ ਵੇਖਾਂ ਆਪਣੇ ਹੀ ਵਹਿਣ ਦੇ ਤੇ ਕਦਮਾਂ ਚ ਝੁੱਕ ਜਾਵਾ ਬਿਨਾ ਕਿਸੇ ਪਾਪ ਬਣੇ ਉੱਡ ਜਾਵਾ ਉੱਡ ਜਾਵਾ ਪਾਪ ਬਣੇ ਉੱਡ ਜਾਵਾ ਵਿੱਚ ਅਸਮਾਨ ਦੇ ਮੈਂ ਤੇ ਭਰ ਜਾਵਾ ਧਰਤੀ ਤੇ ਬਸ ਲੋੜ ਪੈਣ ਤੇ ਜ਼ਖਮਾਂ ਦਾ ਅੰਤ ਹੁੰਦਾ ਦਰਦਾਂ ਦੇ ਜਦੋਂ ਇਨਸਾਨ ਤੇ ਥੋੜਾ ਜਿਹਾ ਦੁੱਖ ਪੈਂਦਾ ਤੇ ਝੱਟ ਉਲਾਮਾ ਪਹਿਲਾਂ ਰੱਬ ਨੂੰ ਦਿੰਦਾ ਜੇ ਚੰਗਾ ਕੰਮ ਕੀਤਾ ਮੈਂ ਜੇ ਮਾੜਾ ਕੀਤਾ ਇਸ ਕਰਕੇ ਮਨ ਨੂੰ ਉਸ ਮਾਲਕ ਦੇ ਨਾਲ ਜੋੜਨਾ ਹੈ। ਆਤਮਾ ਕਿਹੋ ਜਿਹੀ ਪਰਮਾਤਮਾ ਦੇ ਨਾਲ ਮਿਲਣੀ ਚਾਹੀਦੀ ਹੈ ਤੇ ਇੱਕ ਭੇਟ ਜਾਗੇ ਦੀ ਰੌਣਕਾਂ ਖੁਸ਼ੀਆਂ ਕਿਉਂਕਿ ਖੁਸ਼ੀਆਂ ਦੇ ਖੇੜੇ ਕਹਿੰਦੇ ਰੇ ਰਾਤ ਦਾ ਜਾਗਣਾ ਬੜਾ ਔਖਾ ਰੇ ਭੇਟ ਦੇ ਵਿੱਚ ਮੈਂ ਪੇਸ਼ ਕਰਾਂਗਾ। ਹਾਂਜੀ ਖੁਸ਼ੀ ਦੀ ਗੱਲ ਹੈ ਰਾਜਕੁਮਾਰ ਥੋੜਾ ਜੀ ਸਾਰੀ ਪਰਿਵਾਰ ਉਹ ਸਾਰੇ ਰਿਸ਼ਤੇਦਾਰ ਬੁਲਾਏ ਭਗਤਾਂ ਨੇ ਦਰਬਾਰ ਸਜਾਏ ਉਹ ਲੰਗਰ ਲਾਏ ਮੰਦਿਰ ਬਣਾਏ ਲੰਗਰ ਲਾਏ ਮੰਦਿਰ ਬਣਾਏ ਉੱਤਰ ਲਾਈਆਂ ਝੰਡੀਆਂ ਨੇ ਆਈ ਜਾਗੇ ਵਾਲੀ
राती जागदे जिना दे भाग सुते जा कोई जागदा है फकीर विरला जा फिर जागदे ने जिना दे साई रुसे जा कोई जागदा जा कोई जागदा तिया बेऊण वाला बेचा फिर जागदे ने पफादार कुत्ते भजन जागदे सदा जयकारा श्री रामाली जी का बोले साचे दरबार की जय।